हाँ जी दोस्तों, अज की ताज़ी अपडेट। छुट्टियां दौरान आई वड्डी खबर, वध रही ठंड के मद्देनज़र 8वीं तो 12वीं जमात लई हुण सिक्ख्या विभाग ने किया वड्डा फैसला। की आ पूरी अपडेट, आओ जानते हैं अज की वीडियो द्वारा। उस तो पहला चैनल पर नवे हो तो चैनल में सबसक्राइब कर लो, ताकि लेटेस्ट अपडेट सब तो पहला तो अपने इसी चैनल उपर देखने मिल सकन। और अगर तुसी भी किसी वैकेंसी की या फिर पेपर की तैयारी करना चाहते हो, तो अपने टैलीग्राम ग्रुप में ज्वाइन करके लेटेस्ट अपडेट सब तो पहला लै सकते हो। तो चलो लैके चलते हैं अज की वड्डी खबर के उपर। पंजाब विच पै रही कड़ाके की ठंड कारण स्कूलों विच कीतियां गईयां छुट्टियां दौरान पंजाब सरकार ने नवे हुक्म जारी किए हैं। इन्हां हदायतों अनुसार 8वीं तो 10वीं जमात तक के सारे विषयां दीयां ऑनलाइन क्लासां कंपलसरी हैं। सारे अध्यापक सवेरे 10 बजे तो 3 बजे तक के टाइम टेबल अनुसार अपने अपने विषय दीयां ऑनलाइन क्लासां लगाउणगे। संबंध स्कूल मुखी ਜ਼ਿਲ੍ਹਾ ਅਧਿਕਾਰੀ ਇਹਨਾਂ ਕਲਾਸਾਂ ਨੂੰ ਮਨੀਟਰ ਕਰਨਗੇ। ਇਸ ਤੋਂ ਇਲਾਵਾ ਪ੍ਰਾਇਮਰੀ ਮਿਡਲ ਅਤੇ ਹਾਈ ਸਕੂਲ ਮੁਕੰਮਲ ਤੌਰ 'ਤੇ ਅਧਿਆਪਕ ਅਤੇ ਵਿਦਿਆਰਥੀਆਂ ਸਮੇਤ 14 ਜਨਵਰੀ ਤੱਕ ਬੰਦ ਰਹਿਣਗੇ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਿਰਫ 11ਵੀਂ ਅਤੇ 12ਵੀਂ ਜਮਾਤ ਦੀ ਰੈਗੂਲਰ ਜਾਣ ਵਾਲੀਆਂ ਕਲਾਸਾਂ। ਇਹਨਾਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਭਾਵੇਂ ਉਹ ਕਿਸੇ ਵੀ ਕਾਡਰ ਦੇ ਹੋਣ ਅਤੇ ਨਾਨ ਟੀਚਿੰਗ ਸਕੂਲ ਆਉਣਗੇ, ਬਾਕੀ ਸਟਾਫ ਨੂੰ ਛੁੱਟੀਆਂ ਹੋਣਗੀਆਂ। ਇਸ ਦੌਰਾਨ ਗੱਲ ਕਰੀਏ ਫਿਰੋਜ਼ਪੁਰ ਦੀ, ਤਾਂ ਫਿਰੋਜ਼ਪੁਰ ਦੇ ਬਹੁਤ ਸਾਰੇ ਸਕੂਲ ਲੀਗਲ ਤਰੀਕੇ ਨਾਲ ਲਗਾਏ ਜਾ ਰਿਹਾ, ਜਿਸ ਦੇ ਉੱਪਰ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਟੀਮ ਪਹੁੰਚ ਰਹੀ ਹੈ ਉਹਨਾਂ ਦੀ ਕਾਰਵਾਈ ਕਰਨ। ਤਾਂ ਦੇਖਣਾ ਹੋਵੇਗਾ ਅੱਜ ਦੀ ਇਸ ਅਪਡੇਟ ਦੁਆਰਾ ਕਿ ਫਿਰੋਜ਼ਪੁਰ ਦੇ ਕਿਹੜੇ ਕਿਹੜੇ ਸਕੂਲਾਂ ਦੇ ਉੱਪਰ ਅੱਜ ਸਰਕਾਰ ਦੇ ਵੱਲੋਂ ਤਾਵਾ ਬੋਲਿਆ ਜਾਵੇਗਾ, ਔਰ ਕੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਸਕੂਲਾਂ ਉੱਪਰ ਜਿਹੜੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਰਕਾਰ ਦੀ ਹੁਕਮਾਂ ਦੀ ਨਾ ਪਾਲਣਾ ਕਰਦੇ ਹੋਏ ਲਗਾਏ ਜਾ ਰਿਹਾ ਔਰ ਬੱਚਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਸਕੂਲ ਦੇ ਵਿੱਚ ਆਉਣ ਲਈ, ਚਾਹੇ ਉਹ 6ਵੀਂ ਕਲਾਸ ਦੇ ਬੱਚੇ ਹੋਣ, ਚਾਹੇ ਉਹ 9ਵੀਂ ਕਲਾਸ ਦੇ ਬੱਚੇ ਹੋਣ, ਚਾਹੇ ਉਹ 8ਵੀਂ 10ਵੀਂ ਕਲਾਸ ਦੇ ਬੱਚੇ ਹੋਣ। ਤਾਂ ਉਹਨਾਂ ਸਕੂਲਾਂ ਦੇ ਉੱਤੇ ਅੱਜ ਪੰਜਾਬ ਸਰਕਾਰ ਦੁਆਰਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਟੀਮ ਦੁਆਰਾ ਕਾਰਵਾਈ ਕੀਤੀ ਜਾਣ ਵਾਲੀ ਹੈ। ਕੀ ਅਪਡੇਟ ਰਹੇਗੀ ਸਾਰੀ ਜਾਣਕਾਰੀ ਤੁਹਾਨੂੰ ਸ਼ਾਮ ਤੱਕ ਸ਼ੇਅਰ ਕਰਾਂਗੇ। ਹੋਰ ਲੇਟੈਸਟ ਅਪਡੇਟ ਲਈ ਸਬਸਕ੍ਰਾਈਬ ਕਰ ਲਓ, ਤਾਂ ਕਿ ਨਵੇਂ ਨਵੇਂ ਅਪਡੇਟ ਮਿਲਦੇ ਰਹਿਣ। ਧੰਨਵਾਦ।